ਦੇਖੋ ਜੀ, ਆਪਾਂ ਜੇ ਗੱਲ ਕਰੀਏ, ਤੁਸੀਂ ਵੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ, ਤਾਂ ਜੇ ਆਪਾਂ ਗੱਲ ਕਰੀਏ, ਜਿਹੜੇ ਕਿ ਕੱਲ੍ਹ ਆਮ ਪਾਰਟੀ ਦੇ ਇੱਕ ਹੈਲਥ ਮਿਨਿਸਟਰ ਵੱਲੋਂ ਜਿਹੜੀ ਬੀਸੀ ਦੀ ਇੰਸਲਟ ਕੀਤੀ ਗਈ, ਤਾਂ ਸਾਰੇ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਗੱਲ ਇਹ ਆ ਭਾਜੀ ਕਿ ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਸਾਹਿਬ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਮੰਤਰੀ ਸਾਹਿਬ ਵੱਲੋਂ, ਔਰ ਉਹ ਪੂਰੇ ਪੰਜਾਬ ਨੇ ਮੀਡੀਆ ਰਾਹੀਂ ਦੇਖਿਆ। ਸੋ ਅੱਜ ਪੰਜਾਬ ਦੇ ਵਿੱਚ ਆਮ ਜਨ ਜਨ ਅਤੇ ਬੱਚੇ ਬੱਚੇ ਦੇ ਮੁੱਖ 'ਤੇ ਇਹੋ ਗੱਲ ਆ ਕਿ ਕੀ ਤੁਸੀਂ ਇੱਕ ਅਫਸਰ ਨੂੰ, ਇੱਕ ਪੜ੍ਹੇ ਲਿਖੇ ਐਜੂਕੇਟਡ ਬੰਦੇ ਨੂੰ, ਜਿਨ੍ਹਾਂ ਦੀ ਸਰਵਿਸ ਲਗਭਗ 45 ਸਾਲ, ਜਿਨ੍ਹਾਂ ਨੇ ਪੰਜਾਬ ਨੂੰ ਸੇਵਾ ਦੇ ਕੇ ਸਮਰਪਿਤ ਕੀਤੇ ਹੋਣ, ਇਸ ਤਰ੍ਹਾਂ ਜਲੀਲ ਕੀਤਾ ਜਾਊਗਾ? ਇਸ ਤਰ੍ਹਾਂ ਉਹਨਾਂ ਨੂੰ ਨਮੋਸ਼ੀ ਦਾ ਅਹਿਸਾਸ ਕਰਾਇਆ ਜਾਊਗਾ? ਮੰਤਰੀ ਸਾਹਿਬ ਕੀ ਦਿਖਾਉਣਾ ਚਾਹੁੰਦੇ ਨੇ? ਆਮ ਆਦਮੀ ਪਾਰਟੀ ਦੀਆਂ ਘਟਨਾਵਾਂ ਪਿਛਲੇ 3 ਮਹੀਨੇ ਤੁਸੀਂ ਪਿੱਛੇ ਚੱਲ ਕੇ ਦੇਖ ਲਓ, ਕਿਸ ਤਰ੍ਹਾਂ ਹਰੇਕ ਅਦਾਇਰੇ ਦੇ ਵਿੱਚ ਇੰਟਰਫੇਰੈਂਸ, ਚਾਹੇ ਉਹ ਐਜੂਕੇਸ਼ਨ ਦਾ ਡਿਪਾਰਟਮੈਂਟ ਹੋਵੇ, ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ, ਕਿਸੇ ਵੀ ਸਰਕਾਰੀ ਅਦਾਇਰੇ ਦੇ ਵਿੱਚ ਕੰਮ ਕਰ ਰਹੇ ਅਫਸਰ ਸੇਵਾਨਾਂ ਦੇ ਨਾਲ ਉਹਨਾਂ ਦਾ ਵਤੀਰਾ, ਉਹਨਾਂ ਨੂੰ ਜਲੀਲ ਕਿਸ ਤਰ੍ਹਾਂ ਕਿਵੇਂ ਜੇ ਕੀਤਾ ਜਾਵੇ, ਇਹ ਇਸੇ ਪਲ ਦੇ ਇਸੇ ਮੌਕੇ 'ਤੇ ਰਹਿੰਦੇ ਨੇ। ਸੋ ਇਸ ਗੱਲ ਦੀ ਨਿਖੇਧੀ ਕਾਂਗਰਸ ਪਾਰਟੀ ਪੁਰਜ਼ੋਰ ਸ਼ਬਦਾਂ ਨਾਲ ਕਰਦੀ ਆ, ਔਰ ਪੰਜਾਬ ਦੀ ਜਨਤਾ ਨੂੰ ਇਹ ਅਹਿਸਾਸ ਹੋ ਗਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨੂੰ ਚਲਾਉਣ ਵਾਸਤੇ ਉਹਨਾਂ ਦੀ ਮਨਸ਼ਾ ਬਿਲਕੁਲ ਨਹੀਂ ਲੱਗ ਰਹੀ, ਔਰ ਉਹ ਅੱਜ ਸ਼ੋਸ਼ਣ ਕਰ ਰਹੇ ਨੇ ਪੰਜਾਬ ਦੇ ਅਫਸਰ ਸੇਵਾਨਾਂ ਦਾ। ਔਰ ਮੈਂ ਸਮਝਦਾ ਕਿ ਜੇ ਬਿਊਰੋਕਰੇਟ ਦੇ ਨਾਲ, ਅਫਸਰਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਊਗਾ, ਪੰਜਾਬ ਦੇ ਕੰਮ ਕਿਸ ਤਰ੍ਹਾਂ ਚੱਲਣਗੇ? ਜੋ ਹਾਲਾਤ ਅੱਜ ਪੰਜਾਬ ਦੇ ਨੇ, ਪੰਜਾਬ ਇੰਨੀਆਂ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਿਹਾ, ਸੋ ਤੁਸੀਂ ਅਫਸਰ ਸੇਵਾਨਾਂ ਨੂੰ ਜਲੀਲ ਕਰੋਗੇ? ਸੋ ਮੈਂ ਸਮਝਦਾ ਕਿ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਘੱਟ ਆ। ਜੇ ਆਪਾਂ ਗੱਲ ਕਰੀਏ ਤਾਂ ਇੱਥੇ ਹੈਲਥ ਮਿਨਿਸਟਰ ਦੇ ਜਿਹੜੀ ਕਿ ਮਾਨਸਿਕ ਸੋਚ ਕਿੱਦਾਂ ਤੁਸੀਂ ਦੇਖਦੇ ਹੋ? ਤੁਸੀਂ ਦੇਖੋ ਮਾਨਸਿਕ ਸੋਚ, ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ 45 ਸਾਲ ਤੋਂ ਜਿਹੜਾ ਬੰਦਾ ਆਪਣਾ ਸਭ ਕੁਝ ਸਰਵ ਕਰ ਰਿਹਾ ਪੰਜਾਬ ਨੂੰ, ਇਸ ਤਰ੍ਹਾਂ ਜਲੀਲ ਕਰਕੇ ਤੁਸੀਂ ਉੱਥੇ ਦੇ ਹੋਸਪਿਟਲ, ਮੈਡੀਕਲ ਹੋਸਪਿਟਲ ਦੇ ਕਿਸੇ ਹੋਰ ਕਰਮਚਾਰੀ ਨੂੰ ਵੀ ਕੁਛ ਕਹਿ ਸਕਦੇ ਸੀ, ਉਹਨੂੰ ਪੁੱਛ ਸਕਦੇ ਸੀ ਜੇ ਕੋਈ ਉਨਤਾਈਆਂ ਹੈਗੀਆਂ ਹੋਸਪਿਟਲ ਦੇ ਵਿੱਚ, ਔਰ ਤੁਸੀਂ ਵੀਸੀ ਨੂੰ ਕਹਿ ਰਹੇ ਹੋ ਕਿ ਤੁਸੀਂ ਲੰਮੇ ਪੈ ਕੇ ਦਿਖਾਓ ਜੀ। ਸੈਲਫ ਰਿਸਪੈਕਟ ਪੂਰੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਪੰਜਾਬੀ ਦੇ ਵਿੱਚ, ਮੈਂ ਸਮਝਦਾ ਕਿ ਸੈਲਫ ਰਿਸਪੈਕਟ ਦੇ ਨਾਲ ਕਦੇ ਵੀ ਕੋਈ ਵੀ ਬੰਦਾ ਸਮਝੌਤਾ ਨਹੀਂ ਕਰ ਸਕਦਾ, ਔਰ ਤੁਸੀਂ ਉਹਦਾ ਰਿਜ਼ਲਟ ਦੇਖ ਲਓ। ਪੰਜਾਬ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚ ਮੈਡੀਕਲ ਲਾਈਨ ਦੇ ਅਫਸਰਾਂ ਨੇ ਰਿਜ਼ਾਈਨ ਦੇਣਾ ਸ਼ੁਰੂ ਕਰ ਦਿੱਤਾ, ਆਪਣੇ ਪਦ ਤੋਂ ਮੁਕਤ ਹੋਣ ਲੱਗ ਗਏ ਨੇ, ਉਹ ਲਿਖ ਕੇ ਐਪਲੀਕੇਸ਼ਨ ਭੇਜ ਰਹੇ ਨੇ ਪੰਜਾਬ ਸਰਕਾਰ ਨੂੰ ਕਿ ਸਾਨੂੰ ਸਾਡੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਡਾਕਟਰ ਲੌਬੀ ਜਿਹੜੀ ਕਿ ਪੰਜਾਬ ਨੂੰ ਹੈਲਥ ਸਿਸਟਮ ਨੂੰ ਸੁਧਾਰਨ ਵਾਸਤੇ ਆਪਣਾ ਯੋਗਦਾਨ ਦਿੰਦੇ ਨੇ, ਮਗਰ ਅੱਜ ਉਹਨਾਂ ਦੇ ਨਾਲ ਇਸ ਤਰ੍ਹਾਂ ਜ਼ਲਾਲਤ ਭਰਿਆ ਵਿਵਹਾਰ ਕੀਤਾ ਜਾ ਰਿਹਾ, ਸੋ ਉਹ ਬਹੁਤ ਮਾੜੀ ਗੱਲ ਆ, ਔਰ ਮੈਂ ਸਮਝਦਾ ਇਹ ਤੋਂ ਜ਼ਿਆਦਾ ਸ਼ਰਮਨਾਕ ਘਟਨਾ ਕੋਈ ਹੋ ਨਹੀਂ ਸਕਦੀ।